वेलकम टू वर्ल्ड पंजाबी कॉन्फ्रेंस 2022। आज ये कॉन्फ्रेंस ब्रैम्पटन कैनेडा विच होन जा रही है। इस कॉन्फ्रेंस विच पंजाबी सूझवान तशरीफ लियानगे और आके वो अपने ख्यालात शेयर करेंगे कि पंजाबी जुबान नू किस तरह जिंदा रखा जाता है और उदे ते किहो जा काम होना जरूरी है। इस सिलसिले विच सूझवान तशरीफ लियानगे इंडिया और पाकिस्तान तो और साडा वसदा पंजाब ब्रैम्पटन। पंजाब इस वेले इंटरनेशनल ग्लोबल विलेज के तौर के उत्ते भी देखा जाता है। इस कॉन्फ्रेंस दे विच सारे सूझवान एक काम करते हैं, सोच विचार करते हैं कि पंजाबी जुबान की किस तरह खिदमत की जाए। इस सिलसिले च साडे चेयरमैन अजैब सिंह चट्ठा साहब ने बहुत ही अच्छा काम किया है, जिदे विचों एक बहुत वड्डा कदम नूरी कायदे की इंट्रोडक्शन है, जिहड़ा कि बहुत सारे स्कूलों के भी लगा दिता गया है, जिदे विच के बेसिक थॉट है वे कि सहूलत पैदा की जाए जुबाना नू, यानी दोवें पासे चढ़ते पंजाब और लगते पंजाब दे विच जुबान पंजाबी जुबान नू समझन लई आसानी पैदा होए। पंजाबी जिथे भी रहिंदा है, जिस तरह भी लिखता है, वो पंजाबीयत का हिस्सा है। यह गल असी मानते भी हाँ और हुण ते साडे म्यूजिक आर्ट और कल्चर तो यह गल बहुत डोमीनेंट है। अज दी इस कॉन्फ्रेंस विच जिन्ने भी साडे मेहमान तशरीफ लियाए ने, उन्हां सब ने टैग टीवी नू खुसूसी इंटरव्यू दिता है। उन्होंने टैग टीवी दी काविशां नू बहुत सराया है, जिदे विच कि कम्यूनिटी दी सर्विसिज शामिल ने। असी पूरी कवरेज देने आ, पूरी दुनिया विच पंजाबियां दे इस काम नू पेश करने आ, वो देख सकन कि पंजाबी कैनेडा ब्रैम्पटन विच रह के पंजाबीयत लई की काम कर रहे हैं। चलो चलने आ और तुहानू दिखाने आ कि इस कॉन्फ्रेंस विच शामिल लोग कॉन्फ्रेंस दे बारे विच की कहंदे ने। ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ। ਅੱਜ ਜਗਤ ਪੰਜਾਬੀ ਸਭਾ ਵੱਲੋਂ 8ਵੀਂ ਵਰਲਡ ਪੰਜਾਬੀ ਕਾਨਫਰੰਸ ਸੈਂਚਰੀ ਗਾਰਡਨ ਰਿਕ੍ਰੀਏਸ਼ਨ ਸੈਂਟਰ ਵਿੱਚ ਬ੍ਰੈਂਪਟਨ ਵਿੱਚ ਮਨਾਈ ਜਾ ਰਹੀ ਹੈਗੀ ਆ, ਜਿਸ ਦੇ ਵਿਸ਼ੇ ਨੇ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਵਿੱਦਿਅਕ ਪ੍ਰਣਾਲੀ। ਅਤੇ ਉਮੀਦ ਹੈਗੀ ਆ ਬਹੁਤ ਬਹੁਤ ਵੱਖ ਵੱਖ ਦੇਸ਼ਾਂ ਤੋਂ ਬੁੱਧੀਜੀਵੀ ਸਕੋਲਰਸ ਆਏ ਹੋਏ ਹੈਗੇ ਆ ਅਤੇ ਵਧੀਆ ਪ੍ਰੋਗਰਾਮ ਹੋਊਗਾ। ਪ੍ਰੋਗਰਾਮ ਦਾ ਮਕਸਦ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਅਤੇ ਵਿੱਦਿਅਕ ਪ੍ਰਣਾਲੀ ਦੇ ਬਾਰੇ ਇਹ ਸਾਂਝ ਕਰਨੀ, ਪਤਾ ਕਰਨਾ ਵਿਦਵਾਨਾਂ ਦੇ ਕੋਲੋਂ ਵੀ ਸਾਨੂੰ ਪੰਜਾਬੀ ਵਿਦਿਆਰਥੀਆਂ ਨੂੰ ਕਿਹੜੀ ਚੀਜ਼ ਸਿੱਖਿਆ ਦੇਣੀ ਚਾਹੀਦੀ ਹੈਗੀ ਆ, ਉਹ ਕਿਹੜੇ ਸਬਜੈਕਟ ਆ ਜਿਹੜੇ ਅਸੀਂ ਸਮਝਦੇ ਹੈਗੇ ਹਾਂ ਵੀ ਜਿਹੜੇ ਜ਼ਿੰਦਗੀ ਦੇ ਕਦੇ ਕੰਮ ਨਹੀਂ ਆਉਂਦੇ ਤਾਂ ਪਰ ਉਹ ਪੜ੍ਹਾਏ ਜਾਂਦੇ ਹੈਗੇ ਆ, ਉਹ ਨਾ ਪੜ੍ਹਾਏ ਜਾਣ ਅਤੇ ਜਿਹੜੀ ਕੰਮ ਬੰਦੇ ਦੇ ਆਉਣ ਵਾਲੀ ਹੈਗੀ ਆ ਵਿੱਦਿਆ ਉਹ ਦਿੱਤੀ ਜਾਵੇ। ਧੰਨਵਾਦ ਜੀ। ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਿ 8ਵੀਂ ਹੈਗੀ ਆ, ਅਜੈਬ ਸਿੰਘ ਚੱਠਾ ਜਿਹੜੇ ਬਹੁਤ ਹੀ ਟਾਈਮ ਤੋਂ ਕੰਮ ਕਰ ਰਹੇ ਹੈਗੇ ਆ, ਉਹਨਾਂ ਦੀ ਔਰਗਨਾਈਜੇਸ਼ਨ ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਆ। 8ਵੀਂ ਜਿਹੜੀ ਪੰਜਾਬੀ ਕਾਨਫਰੰਸ ਆ, ਸੋ ਜਿਹੜੀ 3 ਦਿਨਾਂ ਲਈ ਬਹੁਤ ਬਹੁਤ ਦੂਰੋਂ ਦੂਰੋਂ ਲੋਕ ਆਏ ਹੈਗੇ ਆ, ਸੋ ਆਈ ਵਿਸ਼ ਦਮ ਵੈਲ ਕਿ ਬਹੁਤ ਹੀ ਸਕਸੈਸਫੁਲ ਕਾਨਫਰੰਸ ਹੋਵੇ। ਸੋ ਮੇਨ ਪਰਪਸ ਹੈਗਾ ਕਿ ਪੰਜਾਬੀਅਤ ਨਾਲ ਜੁੜਨਾ,
ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਿਹਾ। ਮੈਂ ਇਹਨਾਂ ਨੂੰ ਕੰਗਰੈਚੁਲੇਟ ਕਹਿੰਦੀ ਹਾਂ ਅਤੇ ਜਸਟ ਆਉਣ ਵਾਲੇ ਸਾਰੇ ਹੀ ਜਿੰਨੇ ਦੂਰੋਂ ਦੂਰੋਂ ਆਏ ਹੈਗੇ ਆ ਮੈਂ ਉਹਨਾਂ ਦਾ ਵੈਲਕਮ ਕਰਦੀ ਹਾਂ, ਅਸੀਂ ਸਾਰੇ ਹੀ ਉਹਨਾਂ ਦਾ ਵੈਲਕਮ ਕਰਦੇ ਹਾਂ। ਅਤੇ 3 ਦਿਨਾਂ ਦੀ ਆਸ ਕਰਦੀ ਕਿ ਬਹੁਤ ਹੀ ਵਧੀਆ ਕਾਨਫਰੰਸ ਹੋਏਗੀ, ਜਿਵੇਂ ਕਿ ਇਹਨਾਂ ਦੀ ਅੱਗੇ ਵੀ ਬਹੁਤ ਸੋਹਣੀਆਂ ਕਾਨਫਰੰਸਿਸ ਹੁੰਦੀਆਂ। ਹੈਲੋ ਜੀ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ਼ਿਪ ਨੂੰ, ਟੈਗ ਟੀਵੀ ਨੂੰ। ਮੈਂ ਤੁਹਾਡਾ ਆਪਣਾ ਮਨਿੰਦਰ ਸਿੱਧੂ, ਮੈਂਬਰ ਆਫ ਪਾਰਲੀਮੈਂਟ ਫਾਰ ਬਰੈਂਪਟਨ ਈਸਟ। ਅਸੀਂ ਇੱਥੇ ਆਏ ਹੋਏ ਹਾਂ ਵਰਲਡ ਪੰਜਾਬੀ ਕਾਨਫਰੰਸ ਟੂ ਸ਼ੋਅ ਆਰ ਸਪੋਰਟ ਫਾਰ ਦ ਲੈਂਗੁਏਜ ਆਫ ਪੰਜਾਬੀ। ਜਦੋਂ ਤੁਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਅਸੀਂ ਵੀ ਇੱਥੇ ਦੇ ਬੋਰਨ ਹੋਏ ਹਾਂ, ਬਟ ਇੱਥੇ ਪੰਜਾਬੀ ਅਸੀਂ ਸਿੱਖੀ ਆ। ਕੀਪਸ ਅਸ ਕਨੈਕਟਡ ਟੂ ਆਰ ਰੂਟਸ, ਟੂ ਆਰ ਕਲਚਰ, ਟੂ ਆਰ ਹੈਰੀਟੇਜ। ਐਂਡ ਸੋ ਹਮੇਸ਼ਾ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਫ ਯੂ ਸਪੀਕ ਦ ਲੈਂਗੁਏਜ, ਯੂ ਲਰਨ ਦ ਹਿਸਟਰੀ, ਲਰਨ ਦ ਕਲਚਰ, ਲਰਨ ਦ ਹੈਰੀਟੇਜ, ਇਟਸ ਵੈਰੀ ਵੈਰੀ ਇੰਪੋਰਟੈਂਟ। ਅਤੇ ਮੈਂ ਇੱਕ ਵਾਰੀ ਫਿਰ ਵਰਲਡ ਪੰਜਾਬੀ ਕਾਨਫਰੰਸ ਪੂਰੀ ਲੀਡਰਸ਼ਿਪ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਐਡਾ ਵੱਡਾ ਇੰਪੋਰਟੈਂਟ ਕਾਨਫਰੰਸ ਔਰਗਨਾਈਜ਼ ਕੀਤਾ ਹੈ। ਥੈਂਕ ਯੂ ਸੋ ਮਚ ਜੀ। ਹਾਈ, ਮਾਈ ਨੇਮ ਇਜ਼ ਮੈਟ ਮਹੋਨੀ, ਆਮ ਅ ਸਿਟੀ ਕਾਉਂਸਲਰ ਇਨ ਮਿਸਿਸਾਗਾ। ਇਟਸ ਸੱਚ ਅ ਪਲੇਜ਼ਰ ਐਂਡ ਐਨ ਆਨਰ ਫਾਰ ਮੀ ਟੂਡੇ ਟੂ ਜੁਆਇਨ ਦ ਵਰਲਡ ਪੰਜਾਬੀ ਕਾਨਫਰੰਸ। ਇਟਸ ਸੱਚ ਐਨ ਇੰਪੋਰਟੈਂਟ ਫਾਰ ਕਮਿਊਨਿਟੀ ਟੂ ਕਮ ਟੁਗੇਦਰ ਐਂਡ ਟੂ ਸੈਲੀਬ੍ਰੇਟ ਆਲ ਆਫ ਦ ਵੰਡਰਫੁਲ ਥਿੰਗਸ ਦੈਟ ਈਚ ਇੰਡੀਵਿਜੁਅਲ ਕਲਚਰ ਹੈਜ਼। You know, the Punjabi community is wonderful, and ensuring that they preserve the language and the culture is extremely important, and I as a city councilor, I'm always here to support it. I'm very proud of living and being born and raised in Mississauga in the region of Peel, which I consider to be one of the most multicultural and welcoming communities across Canada. So I do want to congratulate everybody here today on such a wonderful and successful event, and again, I'm always here to support and appreciate all the great work that is that goes into these. Since, you know, COVID was here, we weren't able to kind of gather and get together, so it's just so wonderful to see the smiling faces, people being able to eat and have a drink together and chat. So again, congratulations to the organizers. I certainly appreciate being invited and being part of the community and seeing so many wonderful and good friends today. So thanks very much. ਪੱਚੀ 26 ਜੂਨ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਹੋਣ ਜਾ ਰਹੀ ਆ। ਅਸੀਂ ਸਾਰੇ ਹੀ ਪੰਜਾਬੀ ਬੋਲਦੇ, ਸਾਡੇ ਭੈਣ ਵੀਰ ਇੰਡੀਅਨ ਪਾਕਿਸਤਾਨੀ ਜਿੱਥੇ ਵੀ ਰਹਿੰਦੇ ਹਨ ਪੰਜਾਬੀ ਬੋਲਦੇ ਹਨ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਜਲਦੀ ਸੈਂਚੁਰੀ ਗਾਰਡਨ ਰਿਕ੍ਰੀਏਸ਼ਨ ਸੈਂਟਰ 340 ਵੁੱਡਨ ਸਟਰੀਟ ਈਸਟ ਬਰਾਊਂਡ ਵਿੱਚ ਆ ਕੇ ਸ਼ਿਰਕਤ ਕਰੋ। ਜਿੰਨੇ ਵੀ ਬੁੱਧੀਜੀਵੀ ਸਾਡੇ ਬਾਹਰਲੇ ਮੁਲਕਾਂ ਤੋਂ ਆਏ ਹਨ ਉਹਨਾਂ ਦੇ ਵਿਚਾਰ ਸਰਵਣ ਕਰੋ ਅਤੇ ਉਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰੋ। ਸਾਡੀ ਇਹੋ ਹੀ ਮਿਹਰਬਾਨੀ ਆ। ਅਸੀਂ ਠੀਕ 10 ਵਜੇ ਕਰੀਬ ਹੁਣ ਸ਼ੁਰੂ ਕਰਨ ਵਾਲੇ ਹਾਂ ਜੀ, ਅਤੇ ਤਾਂ ਕਿ ਆਪਾਂ ਪ੍ਰੋਗਰਾਮ ਟਾਈਮ 'ਚ ਠੀਕ ਕਰ ਸਕੀਏ। ਅਤੇ ਟੈਗ ਟੀਵੀ ਅਤੇ ਗੋਰਾ ਸਾਹਿਬ ਜਲਦੀ ਪਹੁੰਚ ਰਹੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੀ ਜਿਹੜੀ ਇਹ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਨ ਜਾ ਰਹੇ ਹਾਂ, ਉਹਦੇ ਵਿੱਚ ਦੋ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੇ, ਪੰਜਾਬੀ ਮਾਂ ਬੋਲੀ ਬਾਰੇ ਪਹਿਲਾ ਵਿਸ਼ਾ ਅਤੇ ਦੂਸਰਾ ਸਿੱਖਿਆ ਪ੍ਰਣਾਲੀ ਬਾਰੇ। ਔਰ ਮੈਨੂੰ ਪੂਰੀ ਉਮੀਦ ਹੈ ਕਿ 3 ਦਿਨ ਦੀ ਜਿਹੜੀ ਕਾਨਫਰੰਸ ਹੈ ਔਰ ਜਿਹੜੀ ਵਰਲਡ ਲੈਵਲ 'ਤੇ ਹੋ ਰਹੀ ਹੈ, ਜਿਹਦੇ ਵਿੱਚ ਸਿਰਫ ਕੈਨੇਡਾ ਤੋਂ ਹੀ ਨਹੀਂ ਬਲਕਿ ਅਮੈਰੀਕਾ, ਇੰਗਲੈਂਡ, ਇੰਡੀਆ ਔਰ ਪਾਕਿਸਤਾਨ ਤੋਂ ਪਾਰਟੀਸਪੈਂਟਸ ਆ ਰਹੇ ਨੇ। ਔਰ ਇਹ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ, ਅਸੀਂ 2009 ਤੋਂ ਕੀਤਾ ਸੀ, ਸਾਜੈਬ ਸਿੰਘ ਚੱਠਾ ਇਹਦੇ ਚੇਅਰਮੈਨ ਨੇ, ਜਿਹੜੇ ਕਿ ਇੰਨੇ ਤੱਤਪਰ ਰਹੇ ਨੇ ਇਸ ਨੂੰ ਸਫਲ ਬਣਾਉਣ ਦੇ ਲਈ ਔਰ ਪੰਜਾਬ ਮਾਂ ਬੋਲੀ ਦੀ ਕਹਿ ਲਓ ਇੱਕ ਕਿਸਮ ਦੀ ਪਰਵਰਿਸ਼ ਕਰਨ ਦੇ ਲਈ। ਔਰ ਉਹਦਾ ਰਿਜ਼ਲਟ ਅੱਜ ਇਹ ਹੈ ਕਿ ਅਸੀਂ ਇਹ 8ਵੀਂ ਕਾਨਫਰੰਸ ਇੱਥੇ ਕਰਵਾ ਰਹੇ ਹਾਂ। ਔਰ ਇਸ ਤੋਂ ਬਿਨਾਂ ਇਸ ਔਰਗਨਾਈਜੇਸ਼ਨ ਨੇ ਇੰਡੀਆ ਦੇ ਵਿੱਚ ਵੀ ਕਾਨਫਰੰਸਿਸ ਕਰਵਾਈਆਂ ਨੇ, ਜਿਹਦਾ ਬਹੁਤ ਹੀ ਅੱਛਾ ਰਿਜ਼ਲਟ ਨਿਕਲ ਕੇ ਆਇਆ। ਦੋ ਵਿਸ਼ੇ ਮੈਂ ਜ਼ਰੂਰ ਕਹੂੰਗਾ ਕਿ ਇੱਕ ਤਾਂ ਨੈਤਿਕਤਾ ਜਿਹੜੀ ਹੈ, ਨੈਤਿਕ ਵੈਲਿਊਜ਼ ਦੇ ਉੱਤੇ ਜੋ ਅਸੀਂ ਕਾਨਫਰੰਸਿਸ ਕਰਵਾਈ ਸੀ ਉਹਦੇ ਕਿਤਾਬਾਂ ਲਿਖੀਆਂ ਗਈਆਂ ਔਰ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੂੰ ਪ੍ਰਿਸਕ੍ਰਾਈਬ ਕੀਤਾ ਜਾ ਚੁੱਕਿਆ ਔਰ ਦਿੱਲੀ ਵਾਲੇ ਕਰਨ ਜਾ ਰਹੇ ਨੇ। ਸੋ ਦੂਸਰਾ ਜਿਹੜਾ ਇਹਦੇ ਵਿੱਚ ਹੈ ਕਿ ਇਤਿਹਾਸ ਦੇ ਉੱਤੇ ਕਿਤਾਬ ਲਿਖੀ ਹੈ ਸਾਡੇ ਇੱਕ ਕੋਆਰਡੀਨੇਟਰ ਨੇ, ਅਰਵਿੰਦਰ ਢਿੱਲੋਂ ਜੀ, ਕਿ ਵਰਲਡ ਪੰਜਾਬੀ ਕਾਨਫਰੰਸ ਦਾ ਇਤਿਹਾਸ ਉਹ ਵੀ ਬਹੁਤ ਹੀ ਖੋਜਪੂਰਵਕ ਹੈ। ਔਰ ਇਸੇ ਤਰੀਕੇ ਦੇ ਨਾਲ ਹਾਂ, ਇਹ ਦੋ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਵੱਲੋਂ ਇਹੋ ਜਿਹੇ ਵਿਚਾਰ ਦੇਈਏ ਜਿਹੜੇ ਕਿ ਆਉਂਦੇ ਸਮੇਂ ਦੇ ਵਿੱਚ ਇੱਕ ਮਾਰਗਦਰਸ਼ਨ ਕਰ ਸਕੇ। ਟੈਗ ਟੀ ਵੀ ਵੱਲੋਂ ਇੱਥੇ ਸਾਡੀ ਟੀਮ ਵਰਲਡ ਪੰਜਾਬੀ ਕਾਨਫਰੰਸ 2022 ਦੇ ਵਿੱਚ ਮੌਜੂਦ ਹੈ।
वर्ल्ड पंजाबी कॉन्फ्रेंस 2009 तो टोरंटो हो रही है तो पूरी दुनिया के बहुत चर्चा है इनकी शोहरत है वर्ल्ड पंजाबी कॉन्फ्रेंस की कि इस वेले दुनिया की सब नालों वड्डी कॉन्फ्रेंस बन चुकी है। साड़ी टीम दाऊद जान साहब दी मेहरबानी दे नाल वो इत्थे पूरी कवरेज कर रही है और जान रही है कि जेड़े जेड़े डेलीगेशन दुनिया भर तो आए ने उन्हां दी असी गलबात भी तुहाडे तक पहुँचाइए और इस दफ़ा वर्ल्ड पंजाबी कॉन्फ्रेंस 2022 का जो एजेंडा है वह भी तुहाडे तक पहुँचाइए। साडे नाल जुड़े रहो वर्ल्ड पंजाबी कॉन्फ्रेंस का टैग टीवी 2009 तो पार्टनर है और हमेशा पार्टनर रहेगा। ਅਸੀਂ ਅੱਜ 8ਵੀਂ ਵਰਲਡ ਪੰਜਾਬੀ ਕਾਨਫਰੰਸ ਬ੍ਰੈਂਟਨ ਦੇ ਵਿੱਚ ਕਰਨ ਜਾ ਰਹੇ ਹਾਂ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਉਹ ਉਤਸ਼ਾਹ ਪਾਇਆ ਜਾ ਰਿਹਾ ਸਾਰੇ ਸੱਜਣਾਂ ਦੇ ਵਿੱਚ ਔਰ ਕਾਫੀ ਸਾਰੇ ਵਲੰਟੀਅਰ ਆਪਣੇ ਆਪਣੇ ਕੰਮ 'ਤੇ ਜੁਟੇ ਹੋਏ ਆ ਔਰ ਅਸੀਂ ਸਮਝਦੇ ਹੈਗੇ ਹਾਂ ਕਿ ਜਿਹੜੇ ਲੋਕਲ ਲੋਕ ਹੈਗੇ ਆ ਉਹਨਾਂ ਨੂੰ ਕਾਫੀ ਸ਼ਮੂਲੀਅਤ ਕਰਨੀ ਚਾਹੀਦੀ ਹੈਗੀ ਅੱਜ ਦੀ ਕਾਨਫਰੰਸ ਦੇ ਵਿੱਚ ਕੁਝ ਮਿੰਟਾਂ ਤੱਕ ਜਿਹੜੀ ਓਪਨਿੰਗ ਉਹ ਸ਼ੁਰੂ ਹੋ ਜਾਏਗੀ ਔਰ 3 ਦਿਨ 10 ਤੋਂ 5 ਵਜੇ ਤੱਕ ਜਿਹੜੇ ਸੈਸ਼ਨ ਚੱਲਣਗੇ ਔਰ ਵੱਧ ਤੋਂ ਵੱਧ ਇਸ ਦਾ ਲਾਹਾ ਲਿਆ ਜਾਵੇ। ਥੈਂਕ ਯੂ। ਮੇਰਾ ਨਾਮ ਸੁਖਜੀਤ ਕੌਰ ਮਾਤਾ, ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਇੱਥੇ ਪਹੁੰਚੀ ਹਾਂ। ਮੈਂ ਆਪਣੇ ਬੇਟੇ ਕੋਲ ਆਈ ਸੀ ਅਤੇ ਉਸ ਤੋਂ ਬਾਅਦ ਮੈਂ ਇੱਥੇ ਆਈ ਹਾਂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਜਿਹੜੇ ਵੀ ਜਗਤ ਪੰਜਾਬੀ ਸਭਾ ਔਰ ਵਰਲਡ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰ ਰਹੇ ਨੇ ਔਰ ਦੇਖ ਰਹੇ ਨੇ। ਇੱਥੇ ਆ ਕੇ ਜੋ ਵੀ ਮੈਂ ਪ੍ਰਬੰਧਕਾਂ ਵਿੱਚ ਜਿਸ ਵਿੱਚ ਮੈਨੂੰ ਸਭ ਤੋਂ ਪਹਿਲਾਂ ਸਰਦਾਰ ਅਜੈਬ ਸਿੰਘ ਚੱਠਾ ਹੀ, ਜਿਨ੍ਹਾਂ ਨੂੰ ਮੈਂ ਟੈਲੀਫੋਨਿਕਲੀ ਸੰਪਰਕ ਕੀਤਾ ਸੀ। ਉਸ ਤੋਂ ਬਾਅਦ ਇੱਥੋਂ ਦਾ ਮਾਹੌਲ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਿਆ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਇੱਥੋਂ ਦੇ ਪ੍ਰਬੰਧਕ ਟੀਮ ਨੂੰ ਮਿਲ ਕੇ ਵੀ ਪੰਜਾਬ ਜਿੰਦਾ ਰਹੇਗਾ ਔਰ ਇਹ ਲੋਕ ਜਿੰਦਾ ਰੱਖਣਗੇ, ਜਿਸ ਵਿੱਚ ਭਾਸ਼ਾ, ਸਮਾਜਿਕ ਸਰੋਕਾਰ ਔਰ ਜੋ ਵੀ ਸਾਡੇ ਭਾਸ਼ਾ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਨੇ, ਸਾਡੇ ਐਜੂਕੇਸ਼ਨ ਸਿਸਟਮਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਲਈ ਇਹਨਾਂ ਨੇ ਅਲੱਗ ਅਲੱਗ ਪਲੇਟਫਾਰਮਸ ਦੇ ਉੱਤੇ ਜਿਹੜੇ ਉਪਰਾਲੇ ਕੀਤੇ ਨੇ, ਚਾਹੇ ਲਿਟਰੇਚਰ ਹੈ, ਚਾਹੇ ਕਾਨਫਰੰਸਿਸ ਨੇ, ਚਾਹੇ ਕਾਵਿ ਉਚਾਰਨ ਮੁਕਾਬਲੇ ਨੇ ਜਾਂ ਇਸ ਤੋਂ ਮੁਸ਼ਾਇਰੇ ਨੇ। ਤਾਂ ਇਹਨਾਂ ਦੀਆਂ ਜਦੋਂ ਮੈਂ ਇੰਟਰਵਿਊਸ ਅਤੇ ਸਾਰੇ ਸਮਾਗਮ ਸੁਣੇ ਨੇ ਤਾਂ ਉਹ ਮੈਂ 15 ਕੁ ਦਿਨਾਂ ਦੇ ਅਰਸੇ ਦੇ ਵਿੱਚ ਮੈਂ ਮਹਿਸੂਸ ਕੀਤਾ ਇਹ ਹਮੇਸ਼ਾ ਜਾਰੀ ਰਹਿਣਾ ਚਾਹੀਦਾ, ਲਗਾਤਾਰ ਜੇ ਇਸੇ ਤਰ੍ਹਾਂ ਯਤਨ ਹੁੰਦੇ ਰਹਿਣਗੇ ਤਾਂ ਪੰਜਾਬ ਦੀ ਧਰਤੀ, ਪੰਜਾਬ ਦੇ ਲੋਕ ਅਤੇ ਸਾਡੇ ਬਾਹਰ ਵਸਦੇ ਪੰਜਾਬੀ ਭੈਣ ਭਰਾ ਉਹਨੂੰ ਜਿੰਦਾ ਰੱਖਣ ਵਿੱਚ ਅਤੇ ਉਸ ਨੂੰ ਹੋਰ ਫਰਟਾਈਲ ਕਰਨ ਵਿੱਚ ਬਹੁਤ ਅਹਿਮ ਯੋਗਦਾਨ ਪਾਉਣਗੇ। ਮੈਂ ਡਾਕਟਰ ਜਗਜੀਤ ਸਿੰਘ ਧੂਰੀ, ਅੱਜ ਇਸ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਵਿੱਚ ਜਿਹੜੀ ਹੋ ਰਹੀ ਹੈ ਇੱਥੇ ਪਹੁੰਚਿਆ। ਮੈਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਅਤੇ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਜੈਕ ਦਾ ਪ੍ਰੈਜ਼ੀਡੈਂਟ ਹਾਂ। ਤੋ ਸਾਰੀਆਂ ਸਿੱਖਿਆ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਹੋਏ ਮੈਂ ਇੱਥੇ ਪਹੁੰਚਿਆ। ਅੱਜ ਇੱਥੇ ਜਿਹੜਾ ਪੰਜਾਬੀ ਭਾਸ਼ਾ ਦੇ ਭਵਿੱਖ ਅਤੇ ਵਿੱਦਿਅਕ ਪ੍ਰਣਾਲੀ ਦੇ ਉੱਪਰ ਚਰਚਾ ਹੋਣੀ ਹੈ, ਜਿਸ ਵਿੱਚ ਮੇਰੀ ਡਿਊਟੀ ਲੱਗੀ ਹੈ ਕਿ ਮੈਂ ਵਿੱਦਿਅਕ ਪ੍ਰਣਾਲੀ ਦੇ ਉੱਪਰ ਜੋ ਚਰਚਾ ਹੋਣੀ ਉਸ ਨੂੰ ਕੋਆਰਡੀਨੇਟ ਕਰਾਂ। ਇਹੋ ਜਿਹੀਆਂ ਜਿਹੜੀਆਂ ਅੰਤਰਰਾਸ਼ਟਰੀ ਜਿਹੜੇ ਕਾਨਫਰੰਸ ਹੁੰਦੀਆਂ ਨੇ ਇਸ ਦੇ ਜੋ ਨਤੀਜੇ ਨਿਕਲਦੇ ਨੇ ਭਵਿੱਖ ਦੇ ਵਿੱਚ ਉਹ ਲਾਗੂ ਹੁੰਦੇ ਨੇ, ਜਿਹਦੇ ਨਾਲ ਸਾਰਿਆਂ ਨੂੰ ਫਾਇਦਾ ਹੁੰਦਾ। ਵਿਸ਼ਵ ਪੱਧਰ ਤੋਂ ਇਹ ਆਵਾਜ਼ ਪੂਰੇ ਸੰਸਾਰ ਦੇ ਵਿੱਚ ਜਿਹੜੀ ਵੱਖ ਵੱਖ ਦੇਸ਼ਾਂ ਦੇ ਵਿੱਚ ਜਾਂਦੀ ਹੈ ਕਿ ਕਿਵੇਂ ਲੋਕ ਆਪਣੇ ਵਿਦੇਸ਼ਾਂ ਵਿੱਚ ਜਾਣ ਤੋਂ ਬਾਅਦ ਵੀ ਮਾਤ ਭੂਮੀ ਨੂੰ ਪਿਆਰ ਕਰਦੇ ਨੇ, ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਦੇ ਨੇ। ਅਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਉਪਰਾਲਾ। ਇਸ ਦੇ ਲਈ ਮੈਂ ਇਸ ਸੰਸਥਾ ਦੇ ਜਿਹੜੇ ਸਰਪ੍ਰਸਤ ਨੇ ਸਰਦਾਰ ਅਜੈਬ ਸਿੰਘ ਚੱਠਾ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦਾ ਅਤੇ ਉਮੀਦ ਕਰਦਾ ਵੀ ਜਿਹੜੀ ਇਹ ਕਾਨਫਰੰਸ ਆ ਇਹ ਪੂਰੀ ਤੌਰ 'ਤੇ ਕਾਮਯਾਬ ਰਹੇਗੀ। ਧੰਨਵਾਦ।
हाँ जी सत श्री अकाल सब नूं प्यार भरी सत श्री अकाल। मैं प्रोफेसर डॉक्टर गुरप्रीत कौर फॉर्मर डीन फैकल्टी ऑफ परफॉर्मिंग एंड विजुअल आर्ट्स गुरु नानक देव यूनिवर्सिटी संगीत डिपार्टमेंट की चेयरपर्सन ते डायरेक्टर लाइफ लोंग लर्निंग एजुकेशन गुरु नानक देव यूनिवर्सिटी तो आई हाँ। बड़ी खुशी हुई इत्थे आके और चट्ठा साहब दे ते उन्हां दी टीम दे सांझे जतनां नूं देख के बहुत प्रभावित हुई हाँ। बहुत सोहना विशा लिया है पंजाबी भाषा का भविख ते नवी विद्यक प्रणाली। ये कॉन्फ्रेंस 24-25-26 June 2022 हो रही है पंजाबी बिजनेस प्रोफेसनल एसोसीएशन अते जगत पंजाबी सभा वालों। मैं ये कहना चाहवांगी कि बहुत ही सोहना विशा लिया है और मैं उम्मीद है कि ये जो भी विद्वान विद्वान जड़े अपने विचार पेश करेंगे अपने नवे सुझाव देंगे नवी सीधा देंगे नवे सानू मार्ग दसणगे नवी राह लिखणगे और ये कॉन्फ्रेंस नू बहुत सानू सफलता दे वल लै जाएगा। ये कॉन्फ्रेंस सफलता दीआं पैड़ां पुट्टेगा और असी हर वारी आंदे रहांगे और अपना योगदान देंदे रहांगे। सत श्री अकाल सलाम अलैकुम और नमस्कार। बड़ी खुशी हो रही है ये प्रोग्राम देखते हुए वर्ल्ड पंजाबी कॉन्फ्रेंस जो ब्रम्पटन में हो रही है 24, 25 एंड 26 एक बड़ा उपराला है जो पंजाबियों के लिए। मैं पंजाबी में ये भी बात करूँगी जो पंजाबियों वास्ते बहुत बेनिफिट होएगा। और मैं दुबई तो आई हूँ स्प्रिंगडल इंडियन स्कूल शारजा दी मैं चेयरपर्सन है जिहड़ा गल्फ का पहला पंजाबी स्कूल हैगा। बड़ी खुशी हुंदी है प्रदेशों च असी बैठ के पंजाबी मां नूं पंजाबी भाषा नूं प्रमोट कर रहे हैं। वाहिगुरू करे होर चढ़दी कला पंजाबी मां बोली पंजाबी पंजाबीयत नूं वाहिगुरू होर चढ़दी कला रखे। मेरा नाम सुंदरपाल राजासन सी। मैं पंजाबी वर्ल्ड कॉन्फ्रेंस की इस्तरी विंग की कोऑर्डिनेटर हाँ जी। साडा 2009 तो असी कॉन्फ्रेंसिंग करा रहे हैं जी। साडी 8वीं कॉन्फ्रेंस आ। असी मैं ये भी कहना चाहुंदी हाँ जे पंजाबी बोली मां भुल जाऊंगे तो कखां वांग रो जाऊंगे। असी पंजाबी मां बोली जिहड़ी भाषा है उहनूं प्रफुल्लित करन विच लगे हुए हाँ। तो 24-25-26 नूं साडी कॉन्फ्रेंस इत्थे हो रही है सेंचुरी गार्डन रैक्रिएशन सेंटर ब्रम्पटन विच। तो ये साडी 8वीं कॉन्फ्रेंस आ जी। तो बहुत ज़्यादा इस विच भारी उत्साह पाया जा रहा। तो देशों विदेशों के विचों साडे डेलीगेट्स पहुँच चुके ने जिहड़े कि इत्थे विद्यक प्रणाली ते पंजाबी भाषा के भविख ते परचे पढ़े जाणगे जी। ते असीं इहदे विच सारिआं नूं जी आया कहिंदे आ स्वागत करदे आ ते उहनां दा धन्नवाद भी करदे आ। ते मैं सारिआं नूं इह अपील भी करना चाहुंदी आ बेनती करना चाहुंदी कि तिन्नों दिन इस कॉन्फ्रेंस विच पहुँचो। ते इहदा जिहड़ा भी इस कॉन्फ्रेंस नूं मिस कर जाऊगा ते उह बहुत कुछ सिखण तों वांझा रहि जाऊगा। इस कॉन्फ्रेंस दा मतलब साडा यही आ विशेष तौर पर कि जिहड़े इत्थे दी जम्मी फली पनीरी बच्चे आ उहनां नूं अपनी पंजाबी मां बोली नाल किवें जोड़ना हैगा। इस करके ही बहुत वड्डा जिहड़ा उपराला वह किया जा रहा हैगा। तो चेयरमैन सरदार चट्ठा सिंह अजैब की टीम जिहड़ी कि बहुत ज़्यादा मेहनत कर रही ने साल तो उहनां दा सारिआं दा बहुत बहुत असीं धन्नवाद भी करदे आ। सारिआं नूं जोड़ के रखदे आ रहिण सहिण दा प्रबंध करदे ने। एक इंसान नूं सांभणा बड़ा मुश्किल आ पर जिहड़े बाहरों देशों विदेशों तों लोक आउंदे उहनां नूं लिआउण दा एयरपोर्ट तों छड़न का खाण पीण का तो रहन सहन का प्रबंध किया जाता। तो असी पंजाबी मां बोली दे नाल जुड़े हुए हैं अपने बच्चों को जोड़ रहे हैं। इस करके ही उपराला किया जाता सारे ने पर्चे पढ़ने ने 3 दिन तुम जरूर पहुँचो तो सारे का भरवा स्वागत करा तो सारे का बहुत बहुत धन्यवाद। अज का जो प्रोग्राम है वो वर्ल्ड पंजाबी कॉन्फ्रेंस वालों कराया जा रहा है। अज 24 तरीक है 25 भी 26 भी कराया जा रहा है। ये बेसिकली असी प्रमोशन जिहड़ी पंजाबी भाषा हैगा उहदे वास्ते करवा रहे हैगे। इंटरनेशनल डेलीगेट्स पहुँच चुके ने ते जिहड़े भी कोई आवाज़ सुन रहे हैगे ते पहुँचो तुसीं भी हुम हुमा के प्रमोशन है बेसिकली अपनी पंजाबी भाषा दी। सारे पंजाबी बोलो पंजाबी सीखो पंजाबी सिखाओ अगे जिहड़ी नैक्सट जनरेशन आ रही है वह भी पंजाबी बोले सीखे पढ़े अपनी जिहड़ी भाषा है मुक्की ना जावे। असी अपना कोशिश करिए कि अगे जिहड़ी जनरेशन है उहदे वास्ते कुछ चंगा कर सकीए। उहदा उपराला हैगा मिस्टर चड्डा जी हैगे आ अपने चेयरमैन ऑफ द वर्ल्ड पंजाबी कॉन्फ्रेंस वो करवा रहे हैगे आ। असी सारे मिल के उन्हां दी सपोर्ट कर रहे हैं जी। थैंक यू सो मच। मेरा नाम सहजा तो मैं 14 साल दी हाँ एंड अज मैं वर्ल्ड पंजाबी कॉन्फ्रेंस से ज्वाइन करना आई हाँ। एंड आई थिंक बहुत चंगी ऑपरचुनिटी है जाकर लिए अपनी भाषा नाल लाइक कनैक्ट होने नूं एंड इट बहुत चंगे आइडियाज आ ते साडे वर्ग जाकर लिए जिहड़े इधर बोलण आ असीं पंजाबी नाल कनैक्ट हो सकदे आ इन इस कॉलेज दी गल्लां सुण के। सारिआं नूं सति श्री अकाल जी। मैं दीप कुलदीप पंजाब तों
मैं पंजाब सिक्ख्या विभाग दा दे वल्लों इस कॉन्फ्रेंस दे विच शामिल होने लई आई हाँ। तो मैनू इत्थे आके बिल्कुल भी ये महसूस नहीं होया कि मैं कैनेडा की धरती ते आई हाँ। मैनू यही लग रहा कि मैं पंजाब तो उठ के पंजाब विच आ गई, क्योंकि इन्ना ज़्यादा एंथुजियाज़म देख रही हाँ अपने पंजाब की प्रति, पंजाब की बोली प्रति। मैनू बहुत खुशी हो रही है, परमात्मा करे इदां दे यतन वर्ल्ड पंजाबी कॉन्फ्रेंस WPS ते पापा वालों चलते रहेंगे ते पंजाब हमेशा लई जिंदा रहेगा। धन्यवाद। मैं सुखविंदर सिंह अरोड़ा, कोर कमेटी मैंबर, प्राइवेट फेडरेशन ऑफ स्कूल पंजाब डिस्ट्रिक्ट हुशियारपुर तो इत्थे पहुँचे हाँ। पंजाबी कॉन्फ्रेंस जो जगत पंजाबी सभा वालों करवाई जा रही है, ये बड़ा वड्डा उपराला आ। मैं इस सभा के प्रधान चट्ठा जी नूं अपने वालों हार्दिक वधाई दिंदा हां। और अजिहे जतन पंजाबी मां बोली लई वडमुल्ले साबित हो सकते ने। साडा पंजाबी दा पसारा जो पहलां दिनों दिन घट रहा नज़र आ रहा सी, अजिहियां कॉन्फ्रेंसां नाल और अजिहे जतनां दे नाल मैनूं लग रहा कि साडी पंजाबी पूरे वर्ल्ड विच जिहड़ी आ उह छा जाएगी और साडी पंजाबी दा भविख जिहड़ा मैनूं सुनहरा नज़र आ रहा। और सानूं सारिआं नूं मिल के जतन करने चाहीदे आ कि गुरू साहिबान वल्लों अरंभी की एक गुरमुखी पंजाबी दे प्रसार लई असी हर एक बंदा अगे आईए ते इले जतन करिए। मैं प्राइवेट पंजाब फेडरेशन स्कूल दे प्रधान जगजीत सिंह धुरी का धन्यवाद करदा जिन्होंने मैनू इस कॉन्फ्रेंस में शामिल होने का मौका दिता। थैंक यू वेरी मच। सत श्री अकाल, नमस्कार, अस्सलाम वालेकुम। मैं कुलदीप सिंह, प्रिंसीपल पंजाब पब्लिक स्कूल फिरोजपुर तो इत्थे अपने रिलेशन्स मिलने वास्ते आया हो। और इत्थे आके मैनू पता चलिया कि वर्ल्ड पंजाबी कॉन्फ्रेंस जिहड़ी है वो इत्थे करवाई जा रही है और सरदार अजैब सिंह चट्ठा जी का बड़ा वड्डा उपराला है। मात भाषा का जीवित रहना जिहड़ा है वो साढ़े सारे वास्ते बहुत जरूरी है। और जो पिछले समय दे विच इनू टाल आउण दीआं कोशिशां कीतीआं गईआं ने सब जगह ते, पाकिस्तानी पंजाब विच भी उर्दू का ओवरलैप कर जाना, पंजाब विच इंडियन पंजाब दे विच भी हिंदी भाषा का, और असी जिहड़े साडियां विद्यक संस्थावां ने वह भी इन्हां नूं ज़्यादा प्रमोट करन दे विच अपना सहयोग नहीं दे रही। पर इहो जिहे जिहड़े उपराले ने वह अगर हुंदे रहणगे तां पंजाबी मां बोली जिहड़ी आ वह जीवित रहेगी। सत श्री अकाल जी, मैं मीता खन्ना, मैं इत्थे ब्रैम्पटन कैनेडा दी निवासी हाँ, वैसे चंडीगढ़ नूं बिलोंग करदी हाँ इंडिया तो। ते मैं इत्थे वर्ल्ड पंजाबी कॉन्फ्रेंस अटेंड करन आई हुई हाँ, स्पेशली आई एम वन ऑफ दी वॉलंटियर्स ऑलसो। ते मैनू बहुत खुशी हो रही है कि असी एक इन्नी वड्डी कॉन्फ्रेंस इत्थे करन जा रहे हैं जिहदे विच घट तो घट 400 तो ज़्यादा लोगों के आने की उम्मीद है और पक्का वो आएंगे और बहुत ही सफल होने वाली है कॉन्फ्रेंस। ए जे असी विशा रखे ने वो पंजाबी भाषा का भविख अते विद्यक प्रणाली, और दोनों ही ऐसे विशा ने कि जिन्ना उपर बहुत ज़्यादा सोच विचार करन दी और बहुत ज़्यादा काम करन दी जरूरत है। तो इस करके अपनी पंजाबी माँ बोली नू प्यार करन वाले सारे लोगों नू मैं अपने दिलों एक दोबारा सद्दा देनी हूँ। आज पहला दिन है, दो दिन होर चलनी है कॉन्फ्रेंस, तुसी सारे आओ और इस कॉन्फ्रेंस का हिस्सा बनो। अपनी प्यारी प्यारी माँ बोली पंजाबी दी खिदमत दे विच, उनू प्यार दे विच, उनू अच्छी तरह दुलार करन दे विच अपना भी तुसी एक योगदान पाओ, अपनी भी कॉन्ट्रीब्यूशन दो। तो बहुत बहुत शुक्रिया टैक टीवी का, टैक टीवी के सारे दर्शकों का कि सानू यह मौका देंदे ने और असी तुहाडे इन्हां दे थ्रू तुहाडे नाल रूबरू होने। बहुत बहुत धन्यवाद। वाहिगुरू जी का खालसा, वाहिगुरू जी की फतेह। अज इत्थे जो है पंजाबी वर्ल्ड कॉन्फ्रेंस हो रही है, जिन्हें भी इत्थे आया मैं अपने वालों सारे बहुत ही जी आया कहना। जिहड़ी मेरी बैकग्राउंड आ, पंजाब च मैं मार्केट कमेटी का चेयरमैन रहा, स्टूडेंट लाइफ से मैं पंजाबी सैक्शन का एडिटर रहा, कॉलेज का बेस्ट राइटर रहा। अज आके इत्थे काफ़ी खुशी हो रही है। इदू बाद जो इन्हों का एजेंडा होगा, किस पासे गल करवट होंगी है, किधर नूं जांदी, वह बाद दीआं गल्लां। फिलहाल जो प्रबंधकां ने उपराला कीता बहुत बड़ा उपराला, वक्खरे वक्खरे देशां तों लोक आए हुए अपने आप विचार रखणगे पंजाबी बोली नूं, पंजाबी लैंग्वेज विकसित करन लई किद्दां हुंदी आ, इहदा जड़ तो किदा असी शुरू करते हैं, ये सारा कुछ इतने दसन की कोशिश करने, उदू बाद ही आप अपनी कोई राय दे सकते हैं। बाकी मोटी गल ये इतने के कानून बारे मैं घट पता,
ਇਹੀ ਫੰਕਸ਼ਨ ਜੇ ਕਿਤੇ ਕਾਲਜ ਜਾਂ ਯੂਨੀਵਰਸਿਟੀ 'ਚ ਰੱਖ ਕੇ ਅਸੀਂ ਯੂਥ ਦਾ ਪਾਰਟੀਸਪੇਟ ਕਰਾ ਲੈਂਦੇ ਤਾਂ ਜ਼ਿਆਦਾ ਵਧੀਆ ਰਹਿਣਾ ਸੀ। ਥੈਂਕ ਯੂ।